ਅੱਜ ਆਪਾਂ ਆਏ ਹੋਏ ਸੀ ਬਾਈ ਉਰੇ ਮੂਸੇ ਪਿੰਡ, ਹੈ ਨਾ। ਅਤੇ ਆਹ ਪਿੱਛੇ ਦੇਖ ਰਹੇ ਹੋ ਹਵੇਲੀ ਆ ਸਿੱਧੂ ਬਾਈ ਦੀ, ਇਹ ਅਜੇ ਬਣੀ ਜਾ ਰਹੀ ਆ। ਇਹਦੀ ਵੀਡੀਓ ਆਪਾਂ ਨੇ ਬਣਾਈ, ਉਸ ਨੂੰ ਅੱਗੇ ਦਿਖਾਉਂਦੇ ਹਾਂ ਆਪਾਂ। ਇਹ ਪੂਰੀ ਅੰਦਰੋਂ ਕੈਡੀ ਕੁ, ਮਤਲਬ ਇਹ ਕੈਡੀ ਕੁ ਵੱਡੀ ਹਵੇਲੀ ਆ। ਊਂ ਵੈਸੇ ਕਹਿੰਦੇ ਨੇ ਕਿ ਇੱਕ ਕਿੱਲਾ ਮੁੱਲ ਲੈ ਕੇ ਉਰੇ ਨਾ ਇਹ ਬਣਾਈ ਆ। ਅਤੇ ਨਾਲ ਹੀ ਇਹ ਬਾਈ ਆਏ ਹੋਏ ਨੇ। ਕਿੱਥੋਂ ਆਏ ਵੀਰੇ? ਅੱਗੇ ਨੂੰ ਆਏ ਥੋੜ੍ਹਾ ਜਿਹਾ। ਕਿੱਥੋਂ ਆਏ ਹੋ? ਸਤਿ ਸ਼੍ਰੀ ਅਕਾਲ ਵੀਰ ਜੀ, ਆਪਾਂ ਡਸਕੇ ਤੋਂ ਆਏ ਜੀ। ਰਾਊ ਡਸਕਾ? ਹਾਂਜੀ ਹਾਂਜੀ ਹਾਂਜੀ। ਜ਼ਿਲ੍ਹਾ ਕਿਹੜਾ? ਜ਼ਿਲ੍ਹਾ ਸੰਗਰੂਰ ਜੀ। ਤੁਸੀਂ ਬਾਈ? ਅਸੀਂ ਵੀ ਡਸਕੇ ਤੋਂ ਜੀ। ਅੱਛਾ, ਦੋ ਇਕੱਠੀ ਆਏ ਹੋ? ਮੋਟਰਸਾਈਕਲ 'ਤੇ ਆਏ ਹੋ? ਹਾਂਜੀ। ਪਹਿਲਾਂ ਵੀ ਆਏ ਹੋ ਕਦੇ? ਹਾਂਜੀ ਹਾਂਜੀ। ਪਹਿਲਾਂ ਮਿਲਣਾ ਆਇਆ ਪਹਿਲਾਂ ਕਦੇ? ਹਾਂਜੀ ਹਾਂਜੀ ਹਾਂਜੀ। ਪਹਿਲਾਂ ਮਿਲਿਆ ਸੀ ਕਦੇ ਜਾਂ ਨਹੀਂ ਮਿਲਿਆ? ਹਾਂ, ਮੇਰੇ ਨਹੀਂ ਬਾਈ ਜੀ, ਜਾ ਰਹੇ ਸੀਗੇ। ਅੱਜ ਫਿਰ ਮਿਲੇ? ਅੱਜ ਵੀ ਨਹੀਂ ਮਿਲੇ ਜੀ ਬਾਈ ਜੀ, ਜਾ ਰਹੇ ਨਹੀਂ ਅੱਜ ਵੀ। ਅੱਛਾ, ਹੋਰ ਕਿਹੜੇ ਕਿਹੜੇ ਸਿੰਗਰ ਨੂੰ ਪਸੰਦ ਕਰਦੇ ਹੋ? ਬਾਈ ਦੇ ਹੈ ਯਾਰ ਤਾਂ। ਅੱਛਾ, ਮੂਸੇ ਵਾਲੇ ਦੇ ਕੱਟੜ ਫੈਨ ਹੋ? ਹੈ, ਹਾਂਜੀ ਹਾਂਜੀ ਹਾਂਜੀ। ਅੱਛਾ ਅੱਛਾ, ਤੁਸੀਂ ਬਾਈ ਅੱਗੇ ਹੋ ਜਾਓ, ਥੋੜ੍ਹਾ ਅੱਗੇ ਆ ਜਾਓ ਮੇਰਾ ਵੀਰ। ਤੁਸੀਂ ਕਿਹਦੇ ਫੈਨ ਹੋ? ਸਿੱਧੂ ਮੂਸੇ ਵਾਲੇ ਦੇ ਜੀ। ਕਿਹੜਾ ਗਾਣਾ ਵਧੀਆ ਲੱਗਦਾ ਮੂਸੇ ਵਾਲੇ ਬਾਈ ਦਾ? ਟ੍ਰੈਂਡ ਜੀ। ਅੱਛਾ, ਟ੍ਰੈਂਡ ਗਾਣਾ ਹੈ। ਅਤੇ ਸੋਨੂੰ ਬਾਈ ਕਿਹੜਾ ਗਾਣਾ ਵਧੀਆ ਲੱਗਦਾ ਜਦ ਬਾਈ ਦਾ? ਮੇਰੇ ਕਹਿੰਦੇ ਦੇਖੋ ਕਿਹੜਾ ਗਾਣਾ ਵਧੀਆ ਲੱਗਦਾ ਤੁਹਾਨੂੰ? ਕੋਈ ਗਾਣਾ ਸੁਣਿਆ ਹੋਊ ਵੈਸੇ ਕੋਈ, ਕਿਹੜਾ ਕਿਹੜਾ ਵਧੀਆ ਲੱਗਦਾ? ਕੋਈ ਹੁੰਦਾ ਇੱਕ? ਸੋਚ ਕੇ ਦੱਸਦਾ ਨਹੀਂ। ਅੱਛਾ, ਚਲ ਐਂ ਦੱਸੋ ਕਦੋਂ ਤੋਂ ਮਤਲਬ ਪਸੰਦ ਕਰਦੇ ਹੋ? ਕਿਹੜੇ ਗਾਣੇ ਤੋਂ ਜ਼ਿਆਦਾ ਮਤਲਬ ਵਧੀਆ ਲੱਗਣ ਲੱਗਿਆ ਸਿੱਧੂ ਮੂਸੇ ਵਾਲਾ? ਨੇ ਗੱਲਾਂ ਤੇਰੇ ਯਾਰ ਦੀਆਂ ਸਿਰ ਉੱਤੋਂ ਲੰਘਣ ਫਲਾਈ ਕਰਕੇ। ਅੱਛਾ ਅੱਛਾ, ਅਤੇ ਆਪਣਾ ਤੁਹਾਡੇ ਕਿਹੜਾ ਏਰੀਆ ਤੁਹਾਡਾ, ਕਿੱਥੋਂ ਤੁਸੀਂ ਰਹਿਣ ਵਾਲੇ ਹੋ? ਉੱਥੇ ਹੋਰ ਕਿਹੜੀ ਮਤਲਬ ਜਨਤਾ, ਉਹ ਕਿਹਨੂੰ ਪਸੰਦ ਕਰਦੀ ਜ਼ਿਆਦਾ? ਮੂਸੇ ਵਾਲੇ ਦੇ ਫੈਨ ਨੇ ਜੀ ਸਾਰੇ। ਮੂਸੇ ਵਾਲਾ ਚੱਲਦਾ ਨਾਟ ਗੈਰਾ ਮੰਗੂ? ਹਾਂਜੀ ਹਾਂਜੀ ਹਾਂਜੀ। ਕਿਵੇਂ ਕਹਿੰਦੇ ਨੇ ਕਿ ਮੂਸੇ ਵਾਲਾ ਨਾਟ ਗੈਰਾ? ਨਾਟ ਗੈਰਾ ਹੈਗਾ ਬਾਕੀ? ਬਾਕੀ ਚੀਜ਼ ਆ ਬਾਈ ਜੀ, ਅਸੀਂ ਤਾਂ ਨੰਬਰਾਂ 'ਤੇ ਵੀ ਨਾਟ ਗੈਰਾ ਭਰ ਰੱਖਿਆ ਜੀ। ਅੱਛਾ, ਕਿ ਮੋਬਾਈਲ ਨੰਬਰਾਂ ਦਾ? ਹਾਂਜੀ, ਮੋਬਾਈਲ ਨੰਬਰਾਂ ਦੇ ਯਾਰਾਂ ਮਿੱਤਰਾਂ ਦੇ ਨਾਂ 'ਤੇ। ਹਾਂ, ਸਿੱਧੂ ਮੂਸੇ ਵਾਲੀ ਭਰ ਰੱਖਿਆ ਗਈ ਅਤੇ ਨਾਟ ਗੈਰਾ ਭਰ ਰੱਖਿਆ ਜੀ। ਮੈਂ ਤਾਂ ਬਾਈ ਜਮਾਂ ਸਿਰਾ ਫੈਨ ਹੋ ਯਾਰ। ਬਾਈ ਨੇ ਸਿਰਾ ਕਰਾ ਰੱਖਿਆ ਜੀ ਜਮਾਂ, ਸਾਰਿਆਂ ਨੂੰ ਦੱਬ ਰੱਖਿਆ ਜੀ, ਐਂ ਤੱਕ ਪਾ ਰੱਖੀ ਜੀ ਤੱਕ ਜਮਾਂ, ਐਂ ਪੂਰਾ ਸਿਰਾ ਲਾਇਆ ਹੋਇਆ। ਹਾਂਜੀ ਹਾਂਜੀ ਹਾਂਜੀ। ਅਤੇ ਹਵੇਲੀ ਦੇਖ ਕੇ ਅੰਦਰੋਂ ਜਾ ਕੇ? ਮੈਂ ਜਾਂਦੇ ਹਾਂ ਜੀ ਬਸ ਅੱਗੇ। ਅੱਛਾ, ਕਿੰਨੇ ਕਿਲੋਮੀਟਰ ਤੋਂ ਆਏ ਹੋ ਬਾਈ? ਆਪਾਂ ਹੋਊਗਾ ਜੀ ਘੱਟੋ ਘੱਟ 40-45 ਕਿਲੋਮੀਟਰ ਹੋਊਗਾ ਜੀ। ਮੋਟਰਸਾਈਕਲ 'ਤੇ ਆਏ ਹੋ? ਹਾਂਜੀ ਹਾਂਜੀ। ਫਿਰ ਯਾਰ ਐਂ ਆ ਕੇ ਹੁਣ ਖਾਲੀ ਕਿਵੇਂ ਬਿਨਾਂ ਮਿਲੇ ਜਾ ਰਹੇ ਹੋ ਤਾਂ ਦਿਲ ਤਾਂ ਟੁੱਟਦਾ ਹੋਊਗਾ। ਹਾਂਜੀ ਹਾਂਜੀ ਹਾਂਜੀ। ਮਾਂਜਾ ਖਰਾਬ ਹੁੰਦਾ? ਹਾਂ, ਮਾਂਜਾ ਉਰੀ ਰਹਿਣ ਨੂੰ ਜੀ ਕਰਦਾ ਜੀ ਬਾਈ ਕੋਲੇ। ਅੱਛਾ, ਪਰ ਗੱਲਬਾਤ ਕਰ ਲੈਣੀ ਸੀਗਾ ਬਾਈ, ਨਾਲ ਹੀ ਰੱਖ ਲਿਆ ਕਰ ਸਾਨੂੰ ਵੀ। ਕਰਦੇ ਹਾਂ ਬਾਈ, ਟੱਕਰੇ ਨਹੀਂ ਜਦੋਂ ਮਿਲ ਗਏ ਹਾਂ ਗੱਡੀ 'ਚ ਬੈਠਾਂਗੇ ਬਾਈ ਨਾਲ ਰੇਂਚ ਜੀ। ਕਿਆ ਬਾਤ ਹੈ, ਕਿਆ ਬਾਤ ਹੈ ਬਾਈ। ਹੋਰ ਕੋਈ ਮਤਲਬ ਇੱਕ ਹੁੰਦੀ ਆ ਇੱਛਾ ਬਾਈ ਨਾਲ ਕਦੋਂ ਮਿਲੋਗੇ, ਕੀ ਗੱਲਬਾਤ ਕਰਨੀ ਚਾਹੁੰਦੇ ਹੋ? ਬਾਈ ਨਾਲ ਇਹੀ ਗੱਲ ਕਰਨੀ ਹੈ ਵੀ ਅੱਗੇ ਨੂੰ ਥੋੜ੍ਹਾ ਹੋ ਰਿਹਾ ਜੋ, ਕਿਉਂਕਿ ਮੇਰੇ ਤਾਰ ਛੋਟੇ ਆ। ਬਾਈ ਨਾਲ ਇਹ ਗੱਲ ਕਰਨੀ ਵੀ ਧੱਕ ਪੂਰੀ ਪਾ ਕੇ ਰੱਖਣੀ ਆਪਾਂ ਨੇ ਜੀ, ਹੋਰ ਨੂੰ ਤਾਂ ਖੰਗਣ ਨਹੀਂ ਦੇਣਾ ਜੀ। ਜਿਹੜਾ ਬੰਦਾ ਦੁੱਕੀ ਤਿੱਕੀ ਐਂ ਜਮ੍ਹਾਂ ਠੋਕ ਕੇ ਰੱਖਣੀ ਹੈ ਜੀ। ਅੱਛਾ, ਦਿੜਬੇ ਜਾ ਰਹੇ ਹੋ? ਹਾਂ, ਦਿੜਬੇ ਬਾਕੀ ਬਾਈ ਨੂੰ ਸੁਣਨ ਜਾ ਰਹੇ ਜੀ, ਬਾਕੀ ਹੋਰ ਵੀ ਖਿੱਚ ਕੇ ਲਿਜਾ ਰਹੇ ਨੇ ਯਾਰ ਦੋਸਤ, ਪਰ ਆਪਾਂ ਉਹਦੇ ਇੰਨੇ ਫੈਨ ਨਹੀਂ ਹੈਗੇ। ਅੱਛਾ, ਮਤਲਬ ਤੁਸੀਂ ਮੂਸੇ ਵਾਲਾ ਦੇਖਣ ਜਾਓਗੇ? ਹਾਂਜੀ ਹਾਂਜੀ ਹਾਂਜੀ। ਅਤੇ ਆਪਣਾ ਤੁਸੀਂ ਵੀਰੇ? ਅਸੀਂ ਮੂਸੇ ਵਾਲਾ ਦੇਖਣ ਜਾਵਾਂ। ਪਿੰਡ 'ਚ ਹੋਰ ਕਿੰਨੇ ਕੁ ਮੁੰਡੇ ਇਕੱਠੇ ਹੋ ਕੇ ਜਾ ਰਹੇ ਹੋ? ਬਾਕੀ ਮੇਰੇ ਮਿੱਤਰ ਹੈਗੇ ਨੇ ਜਿਹੜੇ ਮੇਰੇ ਤੋਂ ਕੰਮ ਕਰਵਾਉਂਦੇ ਨੇ ਮੋਟਰਸਾਈਕਲ ਦਾ, ਬਾਕੀ ਜਾਣਗੇ ਜੀ ਬਾਈ ਜੀ ਨਾਲ, ਸਾਰੇ ਜਾਣਗੇ ਜੀ। ਕੀ ਲੱਗਦਾ ਕਿ ਮੂਸੇ ਵਾਲਾ, ਜਦਕਿ ਮੂਸੇ ਵਾਲਾ ਦਿੜਬੇ ਵਾਲੇ ਅਖਾੜੇ 'ਚ ਨਵੇਂ ਰਿਕਾਰਡ ਬਣਾਊਗਾ? ਹਾਂਜੀ, ਬਾਕੀ ਚੀਜ਼ ਆ ਜੀ ਬਾਈ। ਹਾਂਜੀ, ਇਹ ਟੁੱਟਣਗੇ ਰਿਕਾਰਡ ਸਾਰੇ ਪਿਛਲੇ? ਜੀ ਹਾਂਜੀ ਹਾਂਜੀ ਹਾਂਜੀ। ਬਾਕੀ ਹੋਰ ਚਾਹੇ ਕੁਛ ਕਹੀ ਜਾਣ ਜੀ ਬਾਈ 'ਚ, ਗੱਲਬਾਤ ਵੱਖਰੀ ਹੈ ਜੀ, ਦੁਨੀਆ ਖੜਾ ਰੱਖੀ ਹੈ ਜੀ ਬਾਈ ਨੇ। ਠੀਕ ਹੈ ਬਾਈ।